ਪਾਨਾ ਸਿੱਧੂ ਨੂੰ ਲੈ ਕੇ ਪ੍ਰਸ਼ਾਸਨ ਨੇ ਲਿਖਤੀ ਤੌਰ ਤੇ ਵਾਅਦਾ ਕੀਤਾ ਸੀ, ਪਰੰਤੂ ਹਜੇ ਤੱਕ ਪਾਨਾ ਸਿੱਧੂ ਬਾਹਰ ਨਹੀਂ ਆਇਆ ਤੇ ਜਿਸ ਨੂੰ ਲੈ ਕੇ ਲਗਾਤਾਰ ਇਸ ਗੱਲ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਹੈ ਤੇ ਉੱਥੇ ਹੀ ਸਰਕਾਰਾਂ ਦੇ ਖਿਲਾਫ ਹੱਲਾ ਬੋਲਿਆ ਗਿਆ ਹੈ। ਦੱਸ ਦਈਏ ਕਿ ਰਾਜ ਸਿੰਘ ਖਾਲਸਾ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਕਿਹਾ ਹੈ ਕਿ ਪਾਨਾ ਸਿੱਧੂ ਦੇ ਨਾਲ ਇੱਕ ਵੱਡਾ ਧੋਖਾ ਹੋਇਆ ਹੈ ਤੇ ਉਸੇ ਤਰ੍ਹਾਂ ਕਿਸਾਨ ਜਥੇਬੰਦੀਆਂ ਦੇ ਨਾਲ ਹੁਣ ਕੇਂਦਰ ਸਰਕਾਰ ਕਰ ਰਹੀ ਹੈ ਤੇ ਪਾਨਾ ਸਿੱਧੂ ਨੂੰ ਲੈ ਕੇ ਵੀ ਅਸੀਂ ਬਾਹਰ ਜਿਹੜਾ ਜਲਦ ਜੇਲ੍ਹ ਤੋਂ ਕਰਵਾਵਾਂਗੇ ਤੇ ਜਿਸ ਤੋਂ ਬਾਅਦ ਸਰਕਾਰਾਂ ਦੇ ਖਿਲਾਫ ਇੱਕ ਵਾਰ ਫਿਰ ਤੋਂ ਪਲਟਵਾਰ ਰਾਜ ਸਿੰਘ ਖਾਲਸਾ ਨੇ ਕੀਤਾ ਹੈ। ਹੋਰ ਕੀ ਕਹਿਣਾ ਰਾਜ ਸਿੰਘ ਖਾਲਸਾ ਦਾ ਪਾਨਾ ਸਿੱਧੂ ਨੂੰ ਲੈ ਕੇ ਸੁਣਦੇ ਆ। ਪ੍ਰਸ਼ਾਸਨ ਦੇ ਕਹਿਣ ਦੇ ਮੁਤਾਬਕ ਬਾਈ ਪਾਨੇ ਸਿੱਧੂ ਜਿਹੜੀ ਰਿਹਾਈ ਹੈ ਉਹ ਅੱਜ ਹੈ। ਦੇਖਦੇ ਆ ਇਹ ਲਿਖਤੀ ਜਿਹੜਾ ਤੌਰ ਤੇ ਦਿੱਤਾ ਹੋਇਆ ਆਪਾਂ ਨੂੰ ਤਾਂ ਭਜਦੇ ਆ ਜਾਂ ਨਹੀਂ ਭਜਦੇ। ਪਹਿਲਾਂ 10 ਤਰੀਕ ਦਿੱਤੀ ਸੀ ਤੇ ਹੁਣ ਅੱਜ ਦਾ ਸਮਾਂ ਦਿੱਤਾ ਹੋਇਆ, ਦੇਖਦੇ ਆ ਵੀ ਇਹ ਕਿੱਥੇ ਕ ਖੜੇ ਆ। ਨਹੀਂ ਫਿਰ ਦਿੱਲੀ ਵਾਲਾ ਸੰਘਰਸ਼ ਵੀ ਲੜਾਂਗੇ ਤੇ ਪਾਨੇ ਸਿੱਧੂ ਵਾਲਾ ਵੀ ਲੜਾਂਗੇ, ਪਿੱਛੇ ਨਹੀਂ ਹਟਾਂਗੇ। ਕਿਤੇ ਸਰਕਾਰ ਇਹ ਝਾਕ ਚ ਹੈ ਕਿ ਨੌਜਵਾਨੀ ਨੂੰ ਇੱਥੇ ਉਲਝਾ ਦਿਓ, ਕਿਉਂਕਿ ਸੈਂਟਰ ਨਾਲ ਗੰਢ ਧੁੱਪ ਹੈ ਭਗਵੰਤ ਮਾਨ ਦੀ। ਉਹਨਾਂ ਨੂੰ ਇਹ ਹੈ ਵੀ ਨੌਜਵਾਨੀ ਨੂੰ ਇੱਥੇ ਭਾਨੇ ਵਾਲੇ ਮਸਲੇ ਉਲਝਾ ਦਿਓ ਤੇ ਬਾਪੂ ਨੂੰ ਉੱਧਰ ਨੂੰ ਤੋੜ ਦਿਓ ਤਾਂ ਜੋ ਬਾਪੂ ਵਿਚਾਰੇ ਬੈਰੀਗੇਡ ਨਾ ਤੋੜ ਸਕਣ, ਤਾਂ ਕਰਕੇ ਸਾਨੂੰ ਉਲਝਾਇਆ ਜਾ ਰਿਹਾ। ਪਰ ਆਪਾਂ ਨਹੀਂ ਉਲਝਣਾ, ਭਾਨੇ ਦੀ ਲੜਾਈ ਵੀ ਐਨ ਇੱਕ ਠੋਕ ਕੇ ਲੜਾਂਗੇ ਤੇ ਕਿਸਾਨੀ ਦੀ ਲੜਾਈ ਵੀ ਇੱਕ ਠੋਕ ਕੇ ਲੜਾਂਗੇ। ਪਰ ਪੰਜਾਬ ਦੇ ਲੋਕੋ, ਤੁਸੀਂ ਸਾਥ ਦੇਣਾ, ਤੁਸੀਂ ਅੱਗੇ ਨੂੰ ਵਧਣਾ। ਆ ਪੇਜਾਂ ਦੀਆਂ ਹਰੀਚਾਂ ਘਟਾ ਦਿੰਦੇ ਆ, ਐਂ ਲਾ ਲਓ ਵੀ ਸਾਡੀ ਆਵਾਜ਼ ਤੁਹਾਡੇ ਤੱਕ ਪਹੁੰਚਣ ਨਹੀਂ ਦਿੰਦੇ, ਪਰ ਆਪਦੇ ਆਪ ਹੀ ਆਪਣਾ ਫਰਜ਼ ਸਮਝਦੇ ਹੋਏ ਇੱਕ ਇੱਕ ਬੰਦਾ 100-100 ਗਰੁੱਪਾਂ 'ਚ ਸਾਡੀ ਵੀਡੀਓ ਪਾ ਦਿਆ ਕਰੋ ਤਾਂ ਜੋ ਲੋਕਾਂ ਤੱਕ ਗੱਲ ਪਹੁੰਚ ਸਕੇ। ਇਹ ਤੁਹਾਡਾ ਫਰਜ਼ ਹੈ ਤੇ ਬੋਲਣਾ ਸਾਡਾ ਫਰਜ਼ ਹੈ, ਸਰਕਾਰ ਨਾਲ ਲੜਨਾ ਸਾਡਾ ਫਰਜ਼ ਹੈ, ਅਗਵਾਈ ਕਰਨਾ ਸਾਡਾ ਫਰਜ਼ ਹੈ। ਲੜਾਂਗੇ ਭਾਵੇਂ ਮਰਜ਼ੀ, ਇਹ ਆਖਰੀ ਦਮ ਤੱਕ ਬੋਲਦੇ ਰਹਾਂਗੇ ਆਪਣੇ ਪੰਜਾਬ ਲਈ, ਆਪਣੀ ਜਵਾਨੀ ਲਈ, ਆਪਣੀ ਕਿਸਾਨੀ ਲਈ। ਸੋ ਆਓ ਇਕੱਠੇ ਹੋ ਕੇ ਬਾਈ ਦਿੱਲੀ ਨੂੰ ਚੱਲੀਏ, ਸਾਡੀ ਗੱਲ ਪਹੁੰਚਦੀ ਕਰ ਦਿਓ ਕਿ ਆਪਣੇ ਕੱਲ੍ਹ ਨੂੰ ਵੱਡੇ ਪੱਧਰ ਤੇ ਵੱਡੀ ਨੌਜਵਾਨੀ ਦੇ ਕਾਫਲੇ ਲੈ ਕੇ ਖਨੌਰੀ ਬਾਰਡਰ ਤੇ ਪਹੁੰਚਣਾ, ਖਨੌਰੀ ਤੋਂ ਆਪਾਂ ਅੱਗੇ ਚੱਲੇ ਪਾਵਾਂਗੇ। ਇੰਨੀਆਂ ਇੱਕ ਬੇਨਤੀਆਂ ਸੀ, ਮੇਰੀ ਗੱਲ ਨੂੰ ਅੱਗੇ ਤੱਕ ਪਹੁੰਚਦਾ ਕਰ ਦਿਓ, ਪੂਰੇ ਪੰਜਾਬ 'ਚ ਵਗ ਜੇ। ਹਰਿਆਣੇ ਵਾਲੇ ਭਰਾ ਆਪਣੀ ਉਡੀਕ ਕਰ ਰਹੇ, ਹਰਿਆਣੇ ਦੇ ਵਿੱਚ ਲੌਸਮੈਂਟਾਂ ਹੋ ਗਈਆਂ ਨੇ। ਹਰਿਆਣੇ ਦੇ ਵਿੱਚ ਇਹ ਕਹਿੰਦਾ ਕਿ ਪਾਸਪੋਰਟ ਜ਼ਬਤ ਕਰ ਲਾਂਗੇ ਤੁਹਾਡਾ, ਐਂ ਕਰ ਲਾਂਗੇ, ਬਾਹ ਕਰ ਲਾਂਗੇ, ਤੁਹਾਡਾ ਜਿਹੜਾ ਨੁਕਸਾਨ ਆ ਉਹ ਅਸੀਂ ਭਰਾਂਗੇ, ਪਰ ਮੈਂ ਵੀ ਉਹ ਲਵਾਂਗੇ, ਅਸੀਂ ਤੁਹਾਡੀਆਂ ਜ਼ਮੀਨਾਂ 'ਚੋਂ ਕੱਟਾਂਗੇ, ਫਸਲਾਂ 'ਚੋਂ ਕੱਟਾਂਗੇ। ਪਰ ਜਿਹੜੇ ਲੋਕ ਅੱਗੇ ਨੂੰ ਵੱਧਦੇ ਹੁੰਦੇ ਉਹ ਡਰਦੇ ਨਹੀਂ ਹੁੰਦੇ, ਉਹ ਭਾਵੇਂ ਜਿੰਨਾ ਵੀ ਨੁਕਸਾਨ ਹੋਵੇ ਉਹ ਨੁਕਸਾਨ ਨੂੰ ਝੱਲ ਕੇ ਅੱਗੇ ਨੂੰ ਤੁਰਦੇ ਹੁੰਦੇ ਆ। ਸੋ ਬਾਈ ਇੰਨੀਆਂ ਕੁ ਬੇਨਤੀਆਂ ਸੀ ਤੇ ਬਾਈ ਭਾਨੇ ਦਾ ਜਿਹੜਾ ਵੀ ਕੋਈ ਗੱਲਬਾਤ ਆਉਂਦੀ ਹੈ ਉਹ ਮੈਂ ਤੁਹਾਨੂੰ ਦੱਸਦਾ ਰਹੂੰਗਾ, ਤੁਹਾਡੇ ਨਾਲ ਵਾਰਤਾਲਾਪ ਜੁੜੀ ਰਹੂਗੀ। ਸੋ ਪ੍ਰਸ਼ਾਸਨ ਨਾਲ ਗੱਲ ਚੱਲ ਰਹੀ ਹੈ, ਜੇਕਰ ਬਾਈ ਭਾਨੇ ਨੂੰ ਇਹ ਛੱਡਦੇ ਹੈ ਤਾਂ ਆਪਾਂ ਬਾਈ ਭਾਨੇ ਨੂੰ ਤੁਹਾਡੇ ਨਾਲ ਜੋੜਾਂਗੇ, ਗੱਲਬਾਤ ਕਰਾਵਾਂਗੇ ਤੇ ਕੱਲ੍ਹ ਨੂੰ ਆਪਾਂ ਨੇ ਦਿੱਲੀ ਨੂੰ ਚੱਲਣਾ ਤੇ ਆਪਾਂ ਖਨੌਰੀ ਮਿਲਦੇ ਹਾਂ ਬਾਈ, ਕੱਲ੍ਹ ਨੂੰ ਸਾਰੇ ਜਣੇ ਭਰਾ ਵੱਡੇ ਪੱਧਰ ਤੇ ਕੇਸਰੀ ਇਨਸਾਨ ਸਭ ਲੈ ਕੇ ਹੱਥਾਂ 'ਚ ਆ ਜਾਇਓ ਤੇ ਜਿਹੜੇ ਜਿਹੜੇ ਭਰਾ ਪਿੰਡਾਂ 'ਚੋਂ ਤੁਰਨਗੇ ਜਕਾਰੇ ਲਾ ਕੇ ਆਇਓ, ਗੁਰੂ ਘਰਾਂ ਦੇ ਵਿੱਚ ਅਰਦਾਸ ਕਰਾ ਕੇ ਆਇਓ। ਅਸਲੀ ਸਿੱਖ ਦਾ ਫਰਜ਼ ਇਹ ਹੈ ਕਿ ਆਪਣੇ ਗੁਰੂ ਦਾ ਓਟ ਆਸਰਾ ਲੈ ਕੇ ਚੱਲੇ, ਗੁਰਦੁਆਰਿਆਂ ਦੇ ਵਿੱਚ ਜਕਾਰਿਆਂ ਦੀ ਗੂੰਜ ਗੂੰਜੇ। ਜਿਹੜੇ ਕਹਿੰਦੇ ਆ ਨਾ ਇਹ ਸਿੱਖੀ ਦੇ ਵਿਰੋਧੀ ਆ ਜਿਹੜੇ ਬੰਦੇ, ਉਹਨਾਂ ਨੂੰ ਪਤਾ ਲੱਗੇ ਕਿ ਜੇ ਪੰਜਾਬ 'ਚ ਚੱਲੂਗਾ ਤਾਂ ਸਿੱਖੀ ਦਾ ਫਲਸਫਾ ਚੱਲੂਗਾ, ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਚੱਲਣਗੇ ਲੋਕ, ਆ ਹੋਰ ਸੋਚ ਨੂੰ ਲੈ ਕੇ ਨਹੀਂ ਚੱਲਦੇ। ਹਾਂ, ਜਿਹੜੇ ਹੈਗੇ ਆ ਆਪਦੀ ਜਗ੍ਹਾ ਤੇ, ਜੇ ਕੋਈ ਕਾਮਰੇਡ ਹੈ ਉਹਨੂੰ ਮੁਬਾਰਕ, ਉਹ ਆਪਦੇ ਵਿਚਾਰ ਆਪਦੇ ਕੋਲੇ ਰੱਖੇ, ਪਰ ਸਿੱਖੀ ਦਾ ਦੁਸ਼ਮਣ ਨਾ ਬਣੇ, ਸਿੱਖੀ ਦਾ ਸ਼ਰੀਕ ਨਾ ਬਣੇ, ਲਕੀਰ ਖਿੱਚ ਕੇ ਨਾ ਲੜੇ। ਆਪਦੇ ਤੁਹਾਡਾ ਵਿਚਾਰ ਨੇ ਆਪਦੇ ਰੱਖੋ, ਜਿੰਨੇ ਕੁ ਲੋਕ ਤੁਹਾਡੇ ਨਾਲ ਜੁੜਦੇ ਆ ਜੋੜੋ, ਪਰ ਸਿੱਖੀ ਦਾ ਵਿਰੋਧ ਕਰਕੇ ਨਾ ਜੋੜੋ। ਇੱਥੇ ਜੇ ਚੱਲਣਾ ਤਾਂ ਸਿੱਖੀ ਦਾ ਫਲਸਫਾ ਚੱਲਣਾ। ਸੋ ਬਹੁਤ ਬਹੁਤ ਧੰਨਵਾਦ ਜਗਜੀਤ ਸਿੰਘ ਡੱਲੇਵਾਲ ਜੀ, ਕਾਕਾ ਕੋਟੜਾ ਜੀ ਤੇ ਸਾਰੀਆਂ ਜਥੇਬੰਦੀਆਂ, ਸਵਰਨ ਪੰਧੇਰ ਹੋਰੀ ਬਾਈ, ਸਾਰਿਆਂ ਧੰਨਵਾਦ ਜਿਹੜੇ ਵੱਡੇ ਪੱਧਰ ਤੇ ਦਿੱਲੀ ਨੂੰ ਜਾ ਰਹੇ ਨੇ ਤੇ ਜਾਣ ਵੇਲੇ ਅਰਦਾਸ ਕਰ ਰਹੇ ਨੇ, ਗੁਰੂ ਦਾ ਆਸਰਾ ਲੈ ਰਹੇ ਨੇ ਤੇ ਕੇਸਰੀ ਇਨਸਾਨ ਸਾਹਿਬ ਹੱਥਾਂ 'ਚ ਫੜ ਕੇ ਜਾ ਰਹੇ ਨੇ। ਇਹ ਬਹੁਤ ਵੱਡੀ ਖੁਸ਼ੀ ਹੈ ਕਿ ਸਿੱਖੀ ਦੇ ਫਲਸਫੇ ਤੇ ਅਸੀਂ ਇਹ ਅੰਦੋਲਨ ਲੜਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।